ਅਸਲਾਮ ਵਾਲੇਕੁਮ ਮੀਆਂ ਚਾਨੂੰ ਗੱਲਾਂ ਮੰਡੀ 'ਚ ਬਾਈ ਜੀ ਮੌਜੂਦ ਆ। ਕਣਕ ਬਾਈ ਹੋਣੀ ਹੁਣੇ ਲੈ ਕੇ ਆਏ ਆ, ਇਹਨਾਂ ਨਾਲ ਗੱਲਬਾਤ ਕੀਤੀ ਆ ਉਹ ਚਾਚਾ ਜੀ ਨਾਲ ਨੇ, ਅਤੇ ਤੁਹਾਨੂੰ ਕਣਕ ਵੀ ਚੈੱਕ ਕਰਾ ਦਿੰਦੇ ਹਾਂ ਅਤੇ ਰੇਟ ਵੀ ਤੁਹਾਨੂੰ ਕਣਕ ਦਾ ਦੱਸ ਦਿੰਦੇ ਹਾਂ। ਕਣਕ ਬਾਈ ਹੋਈ ਲੱਗੀ ਹੋਈ ਆ ਬਾਈ ਜੀ, ਆ ਦੇਖ ਲਓ ਤੁਸੀਂ, ਵਿੱਚ ਮਿੱਟੀ ਵੀ ਹੈਗੀ ਆ, ਅਤੇ ਇਹ ਤੁਹਾਨੂੰ ਦੂਜੀ ਸਾਈਡ ਚੈੱਕ ਕਰਾ ਦਿੰਦੇ ਹਾਂ। ਕਣਕ ਇਹ ਦੇਖੋ ਜੀ, ਕਣਕ ਬਾਈ ਨੂੰ ਵੀ ਪੁੱਛਿਆ, ਕਹਿੰਦਾ ਜੀ ਲੱਗੀ ਹੋਈ ਆ, ਬਸ ਪਈ ਹੋਈ ਸੀ ਜੀ, ਅਤੇ ਹੁਣ ਵੇਚਣੀ ਤਾਂ ਹੈ ਇਹਨੂੰ ਜਿਹੜੇ ਰੇਟ 'ਤੇ ਵਿਕੇ, ਕਿਉਂਕਿ ਇਸ ਤੋਂ ਜ਼ਿਆਦਾ ਇਹਨੂੰ ਰੱਖੀ ਰੱਖਿਆ ਤਾਂ ਬਹੁਤ ਹੀ ਖਰਾਬ ਹੋ ਜਾਣੀ ਹੈ। ਅਤੇ ਰੇਟ ਬਾਈ ਕਿੰਨਾ ਕਿਹਾ ਤੁਸੀਂ, 2500 ਤੱਕ? ਸਹੀ ਆ, ਲਓ ਜੀ 2450 ਰੁਪਈਆ ਬਾਈ ਜੀ ਰੇਟ ਆ ਅੱਜ ਦਾ ਮੀਆਂ ਚਾਨੂੰ ਗੱਲਾਂ ਮੰਡੀ ਦਾ, ਕਿਉਂਕਿ ਜਿੰਨਾ ਕੋਲ ਵੀ ਕਣਕ ਪਈ ਸੀ ਨਾ ਉਹ ਹੁਣ ਐਸਾ ਐਸਾ ਲੈ ਕੇ ਆ ਰਹੇ ਆ ਵੀ ਮਜ਼ੀਦ ਰੇਟ ਜਿਹੜਾ ਘੱਟ ਨਾ ਜਾਵੇ, ਕਿਉਂਕਿ ਅੱਗੇ ਬੜਾ ਨੁਕਸਾਨ ਝੱਲ ਲਿਆ ਜ਼ਿਮੀਦਾਰਾਂ ਨੇ, ਅਤੇ ਉਹ ਕਹਿੰਦੇ ਆ ਯਾਰ ਮਜ਼ੀਦ ਜਿਹੜਾ ਨੁਕਸਾਨ ਨਾ ਬਰਦਾਸ਼ਤ ਨਹੀਂ ਹੁੰਦਾ, ਚਲੋ ਇਸ ਰੇਟ 'ਤੇ ਜਿਹੜਾ ਹੈਗਾ ਉਹ ਵੇਚ ਦਿੰਦੇ ਹਾਂ, ਕਿ ਇਹ ਨਾ ਆਵੇ ਕਿਧਰੇ 2200-2300 ਤੇ ਆ ਜਾਏ। ਇਹ ਬਾਈ ਜੀ ਮੀਆਂ ਚਾਨੂੰ ਗੱਲਾਂ ਮੰਡੀ ਦੀ ਅਪਡੇਟ ਆ, ਅਤੇ ਕੋਈ ਨਵੀਂ ਅਪਡੇਟ ਆਈ ਵੀਰਾਂ ਨਾਲ ਉਹ ਵੀ ਸ਼ੇਅਰ ਕਰਾਂਗੇ। ਤੁਹਾਡਾ ਕਿਹੜਾ ਇਲਾਕਾ ਜੀ, ਤੁਹਾਡੇ ਇਲਾਕੇ ਵਿੱਚ ਕਣਕ ਦਾ ਰੇਟ ਕੀ ਹੈ ਜ਼ਰੂਰ ਦੱਸਿਓ ਜੀ ਕਮੈਂਟ ਕਰਕੇ। ਮਿਲਦੇ ਹਾਂ ਨਵੀਂ ਵੀਡੀਓ ਨਾਲ, ਅੱਲਾ ਹਾਫਿਜ਼।